ਸੈਕਸ਼ੂਅਲ ਹਰਾਸ਼ਮੈਂਟ ਐਟ ਵਰਕਪਲੇਸ ਔਰਤਾਂ ਦੇ ਜਿਹੜੇ ਹੱਕ ਬਣਦੇ ਨੇ ਜ਼ਿੰਦਗੀ ਜੀਣ ਦਾ ਇਕੁਐਲਿਟੀ ਦਾ ਕੰਮ ਕਰਨ ਦਾ ਫ੍ਰੀडम ਦਾ ਉਹਦੀ ਇੱਕ ਤਰ੍ਹਾਂ ਦੇ ਨਾਲ ਵਾਇਲੇਸ਼ਨ ਕਰਦਾ ਹੈ ਸੈਕਸ਼ੂਅਲ ਹਰਾਸ਼ਮੈਂਟ ਐਟ ਵਰਕਪਲੇਸ ਕਮਕਾਜੀ ਔਰਤਾਂ ਨੂੰ ਜੋ ਆਪਣੇ ਦਫ਼ਤਰਾਂ ਦੇ ਵਿੱਚ ਸੈਕਸ਼ੂਅਲ ਹਰਾਸ਼ਮੈਂਟ ਫੇਸ ਕਰਨੀ ਪੈਂਦੀ ਹੈ ਉਹਦੇ ਨਾਲ ਔਰਤਾਂ ਦੀ ਜਿਹੜੀ ਗ੍ਰੋਥ ਹੈ ਉਹਨਾਂ ਦੀ ਇਕਨੋਮਿਕ ਇੰਪਾਵਰਮੈਂਟ ਆ ਉਹਦੇ ਵਿੱਚ ਹਿੰਡਰੈਂਸ ਕ੍ਰੀਏਟ ਹੁੰਦੀ ਹੈ ਇਸੇ ਚੀਜ਼ ਨੂੰ ਰੋਕਣ ਦੇ ਲਈ ਔਰ ਇੱਕ ਸੇਫ এনਵਾਇਰਨਮੈਂਟ ਔਰਤਾਂ ਦੇ ਲਈ ਕ੍ਰੀਏਟ ਕਰਨਾ ਤਾਂਕਿ ਉਹ ਕੰਮ ਕਰ ਸਕਣ ਆਪਣੀ ਬੈਸਟ ਕੈਪੇਬਿਲਟੀ ਪੋਟੈਂਸ਼ੀਅਲ ਤੇ ਜਾ ਕੇ ਉਹਦੇ ਲਈ ਆਪਣੀ ਪਾਰਲੀਮੈਂਟ ਨੇ 2013 ਦੇ ਵਿੱਚ ਇੱਕ ਐਕਟ ਪਾਸ ਕੀਤਾ ਸੀ ਸੈਕਸ਼ੂਅਲ ਹਰਾਸ਼ਮੈਂਟ ਐਟ ਵਰਕਪਲੇਸ ਪ੍ਰੀਵੈਂਸ਼ਨ ਪ੍ਰੋਹਿਬੀਸ਼ਨ ਰਿਡਰੈਸਲ ਐਕਟ वेलकम बैक मै मनवीर कौर आज मैं एक एक एक्ट की की के इस एक्ट ਦੀਆਂ ਜੋ ਮੇਨ ਗਾਈਡਲਾਈਨਸ ਹੈ ਜਿਹੜੀਆਂ ਔਰਤਾਂ ਦੇ ਲਈ ਇੱਕ ਸੇਫ ਇਨਵਾਇਰਨਮੈਂਟ ਪੈਦਾ ਕਰਨ ਦੀ ਗੱਲ ਕਰਦੀਆਂ ਹਨ ਔਰ ਇੱਕ ਬਹੁਤ ਮਜ਼ਬੂਤ ਗਾਈਡਲਾਈਨਸ ਨੇ ਉਹਨਾਂ ਗਾਈਡਲਾਈਨਸ ਤੇ ਚਰਚਾ ਕਰਾਂਗੀ ਮੇਨ ਇਹਦੇ 'ਚ ਆਪਣੇ ਪੁਆਇੰਟ ਹੋਣਗੇ ਕਿ ਉਹ ਐਕਟ ਜਿਹੜਾ ਆ ਉਹਦੇ 'ਚ ਸਭ ਤੋਂ ਵੱਡੀ ਚੀਜ਼ ਕੀ ਪਰਿਭਾਸ਼ਾ ਕੀ ਹੁੰਦੀ ਹੈ ਸੈਕਸ਼ੂਅਲ ਹਰਾਸ਼ਮੈਂਟ ਕਹਿੰਦੇ ਕਿਨੂੰ ਨੇ ਔਰ ਇਸ ਤੋਂ ਇਲਾਵਾ ਵਿਸ਼ਾਖਾ ਗਾਈਡਲਾਈਨਸ ਔਰ ਇੱਕ ਬਨਵਾਰੀ ਦੇਵੀ ਦਾ ਗੈਂਗ ਰੇਪ ਦਾ ਕੇਸ ਸੀ ਜਿੱਦੇ ਤੋਂ ਇਹ ਸਾਰਾ ਕੁਝ ਸ਼ੁਰੂ ਹੁੰਦਾ ਹੈ ਉਹਦੇ ਤੇ ਚਾਨਣਾ ਪਾਉਂਗੇ ਸਾਲ 1992 ਰਾਜਸਥਾਨ ਦੇ ਵਿੱਚ ਬਨਵਾਰੀ ਦੇਵੀ ਨਾਮ ਦੀ ਇੱਕ ਮਹਿਲਾ ਜਿਹੜੀ 달ਿਤ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਔਰ ਇੱਕ ਗਵਰਨਮੈਂਟ EMPLOYEES ਸਰਕਾਰੀ ਨੌਕਰੀ ਕਰਦੀ ਸੀ ਉਹਦੀਆਂ ਜੌਬ ਰਿਸਪੌਂਸਿਬਿਲਿਟੀ ਸੀਗੀਆਂ ਕਿ ਉਹਦੇ ਏਰੀਆ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹਨੂੰ ਪ੍ਰੋਮੋਟ ਕਰਨਾ ਔਰ ਸਾਫ ਸਫਾਈ ਦਾ ਧਿਆਨ ਦੇਣਾ ਔਰ ਨਾਲ ਹੀ ਜਿਹੜਾ ਬਾਲ ਵਿਆਹ ਬਾਲ ਬੱਚਿਆਂ ਦਾ ਵਿਆਹ ਕਰਨ ਦੀ ਜਿਹੜੀ ਪ੍ਰਥਾ ਸੀ ਉਹਨੂੰ ਰੋਕਣਾ ਬੱਚਿਆਂ ਦਾ ਬਾਲ ਵਿਆਹ ਰੋਕਣਾ ਔਰ ਨਾਲ ਹੀ ਜਿਹੜੀ ਦਾਜ ਪ੍ਰਥਾ ਆ ਉਹਨੂੰ ਘਟਾਉਣ ਦੇ ਲਈ ਖਤਮ ਕਰਨ ਦੇ ਲਈ ਕੈਂਪੇਨ ਮਤਲਬ ਕੋਸ਼ਿਸ਼ਾਂ ਰਨ ਕਰਨੀਆਂ ਅਵੇਅਰਨੈਸ ਵਧਾਉਣਾ ਸੋ ਉਹ ਲੇਡੀ ਬਨਵਰੀ ਦੇਵੀ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੀ ਸੀ ਔਰ ਉਹਨੇ ਇੱਕ ਵਿਆਹ ਇੱਕ ਪਿੰਡ ਦੇ ਵਿੱਚ 8 ਜਾਂ 9 ਮਹੀਨੇ ਦੀ ਬੱਚੀ ਦਾ ਜਿਹੜਾ ਵਿਆਹ ਹੋ ਰਿਹਾ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਤੋਂ ਨਾਰਾਜ਼ ਹੋ ਕੇ ਉਸ ਪਰਿਵਾਰ ਨੇ ਬਹੁਤ ਇਨਫਲੂਐਂਸ਼ੀਅਲ ਲੋਕਾਂ ਦੇ ਨਾਲ ਰਲ ਕੇ ਇੱਕ ਬਹੁਤ ਤਰ੍ਹਾਂ ਦਾ ਇੱਕ ਇੱਕ ਰੌਾ ਪੈਦਾ ਹੋਇਆ ਉਹਨਾਂ ਦੇ ਵਿੱਚ ਵੀ ਇਹ ਔਰਤ ਕਿਵੇਂ ਸਾਡੀ ਇੱਕ ਪ੍ਰਥਾ ਨੂੰ ਰੋਕ ਸਕਦੀ ਹੈ ਉਸ ਗੁੱਸੇ ਤੋਂ ਬਾਅਦ ਉਹ ਉਸ ਔਰਤ ਤੇ ਇੱਕ ਤਰ੍ਹਾਂ ਆਪਣੀ ਰਿਵੈਂਜ ਲੈਣ ਦਾ ਬਦਲਾ ਲੈਣ ਦੀ ਭਾਵਨਾ ਦੇ ਨਾਲ ਉਹਦੇ ਤੇ ਅਟੈਕ ਕਰਦੇ ਆ ਜਦੋਂ ਆਪਣੇ ਹਸਬੰਦ ਦੇ ਨਾਲ ਰੋਡ ਤੇ ਤੁਰੇ ਜਾ ਰਹੀ ਹੁੰਦੀ ਹੈ ਤਾਂ ਉਹਨੂੰ ਅਸੌਲਟ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨੂੰ ਗੈਂਗ ਰੇਪ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਉਹ ਔਰਤ ਬਨਵਾਰੀ ਦੇਵੀ एफआईआर मूव ਕਰਦੀ ਆ ਥਾਣੇ ਜਾਂਦੀ ਆ ਪਰਚਾ ਕਰਾਉਂਦੀ ਆ ਕਾਫੀ ਦਿਨਾਂ ਤੱਕ 2 ਦਿਨ ਤੋਂ ਜ਼ਿਆਦਾ ਸਮੇਂ ਤੱਕ ਉਹਦਾ ਕੇਸ ਹੀ ਰਜਿਸਟਰ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਹਾਈ ਕੋਰਟ ਤੱਕ ਇਹ ਮਸਲਾ ਪਹੁੰਚਦਾ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਵੀ ਜਿਹੜਾ ਜੁਡੀਸ਼ਰੀ ਦਾ ਰੁਖ ਹੁੰਦਾ ਉਹ ਇਹੀ ਹੁੰਦਾ ਕਿ ਜਿਹੜੇ ਸਰਪੰਚ ਤੇ ਜਾਂ ਜਿਹੜੇ ਵਿਲੇਜ ਹੈੱਡ ਜਿਹੜਾ ਪ੍ਰਧਾਨ ਹੈ ਉਹਦੇ ਤੇ ਐਦਾਂ ਦੇ ਇਲਜ਼ਾਮ ਲੱਗ ਰਹੇ ਗੈਂਗ ਰੇਪ ਦੇ ਉਹ ਸਰਪੰਚ ਐਵੇਂ ਨਹੀਂ ਕਰ ਸਕਦਾ ਔਰ ਐਦਾਂ ਦੇ ਬਿਆਨ ਦੇ ਕੇ ਆਪਣੇ ਅਪ ਇੱਕ ਫੈਸਲਾ ਸੁਣਾਉਂਦੀ ਹੈ ਹਾਈ ਕੋਰਟ ਕਿ ਇਹਨਾਂ ਲੋਕਾਂ ਨੂੰ ਰੇਪ ਦੇ ਕੇਸ ਚ ਬਰੀ ਕਰ ਦਿੰਦੀ ਔਰ ਨਾਲ ਹੀ ਹਾਈ ਕੋਰਟ ਵੱਲੋਂ ਇਹ ਕਿਹਾ ਜਾਂਦਾ ਕਿ ਉਸ ਔਰਤ ਦਾ ਹਸਬੰਡ ਨਾਲ ਸੀ ਸੋ ਦੇ ਹਸਬੰਡ ਦੇ ਸਾਹਮਣੇ ਗੈਂਗ ਰੇਪ ਕਿਵੇਂ ਹੋ ਸਕਦਾ ਇਸ ਤੋਂ ਬਾਅਦ ਜਿਹੜਾ ਸਿਰਫ ਔਰ ਸਿਰਫ ਅਸਾਲਟ ਦਾ ਕੇਸ ਉਹਨਾਂ ਦੇ ਫਰਦਰ ਚਲਾਇਆ ਜਾਂਦਾ ਉਹਦੇ ਵਿੱਚ ਉਹਨਾਂ ਨੂੰ ਥੋੜੀ ਜੀ ਸਜ਼ਾ ਹੁੰਦੀ ਹੈ ਪਰ ਬਾਕੀ ਰੇਪ ਦੇ ਵਿੱਚੋਂ ਐਕਵਿਟ ਕਰ ਦਿੱਤਾ ਜਾਂਦਾ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਇਸ ਫੈਸਲੇ ਤੋਂ ਬਾਅਦ ਬਹੁਤ ਸਾਰੀਆਂ ਦੁਨੀਆ ਆਰਗੇਨਾਈਜੇਸ਼ਨ ਜਿਹੜੀਆਂ ਔਰਤਾਂ ਲਈ ਕੰਮ ਕਰਦੀਆਂ ਸੀ ਉਨਾ ਵੱਲੋਂ ਵਿਰੋਧ ਕੀਤਾ ਗਿਆ ਪ੍ਰੋਟੈਸਟ ਬਹੁਤ ਵੱਡੇ ਲੈਵਲ ਤੇ ਰੈਲੀਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਇੱਕ ਪ੍ਰੈਸ਼ਰ ਬਿਲਡ ਅਪ ਹੁੰਦਾ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਪਲੇਟਫਾਰਮ ਸੀ ਜਿਹਦਾ ਨਾਮ ਸੀ ਵਿਸ਼ਖਾ ਜਿਹੜਾ ਔਰਤਾਂ ਨੇ ਮਿਲ ਕੇ ਇੱਕ ਪਲੇਟਫਾਰਮ ਔਰਤਾਂ ਦੇ ਹੱਕਾਂ ਦੇ ਲਈ ਬਣਾਇਆ ਹੋਇਆ ਸੀ ਉਹ ਇੱਕ ਪੀਆਈਐਲ ਮੂਵ ਕਰਦੇ ਆ ਸੁਪਰੀਮ ਕੋਰਟ ਦੇ ਵਿੱਚ ਉਸ ਪੀਆਈਐਲ ਦੀ ਡਿਮਾਂਡ ਹੁੰਦੀ ਆ ਔਰਤਾਂ ਦੀ ਸੇਫਟੀ ਦੇ ਲਈ ਕਿ ਕੋਈ ਪ੍ਰੋਟੋਕਾਲ ਕੋਈ ਰੂਲਸ ਕੋਈ ਗਾਈਡਲਾਈਨਸ ਬਣਾਈਆਂ ਜਾਣ। ਐਸ ਪੀ ਆਈ ਐਲ ਤੇ ਫੈਸਲਾ ਸੁਣਾਉਂਦੇ ਹੋਏ ਤਿੰਨ ਜੱਜਸ ਦੀ ਬੈਂਚ ਨੇ ਇਹ ਗੱਲ ਕਹੀ ਕਿ ਸੈਕਸ਼ੂਅਲ ਹਰਾਸ਼ਮੈਂਟ ਐਟ ਵਰਕਪਲੇਸ ਔਰਤਾਂ ਦਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਹਦੀ ਵਾਇਲੇਸ਼ਨ ਆ ਔਰ ਇਹਦੇ ਲਈ ਗਾਈਡਲਾਈਨਸ ਬਣਨੀਆਂ ਜ਼ਰੂਰੀ ਆ। ਸੋ ਇੱਥੇ ਜਨਮ ਹੁੰਦਾ ਹੈ ਕੁਝ ਗਾਈਡਲਾਈਨਸ ਦਾ ਜੋ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਵਿਸ਼ਾਖਾ ਗਾਈਡਲਾਈਨਸ। ਵਿਸ਼ਾਖਾ ਗਾਈਡਲਾਈਨਸ ਦੇ ਵਿੱਚ ਕੁਝ ਰੂਲ ਦਿੱਤੇ ਗਏ ਸੀ 1997 ਦੀ ਗੱਲ ਹੈ। ਟਾਰਗੇਟ ਇਹਦਾ ਏ ਸੀ ਕਿ ਜਿਹੜੀਆਂ ਔਰਤਾਂ ਦੇ ਲਈ ਕੰਮ ਕਰਨ ਜਿਹੜੀਆਂ ਕਰੋ ਨਿਕਲਦੀਆਂ ਨੇ ਤੇ ਉਹ ਜਿੱਥੇ ਜਾ ਕੇ ਉਹ ਕੰਮ ਕਰਦੀਆਂ ਨੇ ਉਹਨਾਂ ਦਾ ਦਫ਼ਤਰ ਹੁੰਦਾ ਉਹਨਾਂ ਦਾ ਜੋ ਵੀ ਟੰਗ ਦਾ ਉੱਥੇ ਕੰਮ ਹੈ ਉੱਥੇ ਔਰਤਾਂ ਸੇਫ ਹੋਣ ਉਹਨਾਂ ਦੇ ਨਾਲ ਕੋਈ ਸੈਕਸ਼ੂਅਲ ਹਰਾਸ਼ਮੈਂਟ ਨਾ ਹੋਵੇ 1997 ਦੇ ਵਿੱਚ ਇਹ ਗਾਈਡਲਾਈਨਸ ਆਉਂਦੀਆਂ ਨੇ ਇਸ ਤੋਂ ਪਹਿਲਾਂ ਕੋਈ ਵੀ ਆਪਣੇ ਭਾਰਤ ਦੇ ਵਿੱਚ ਐਦਾਂ ਦਾ ਕੋਈ ਰੂਲ ਗਾਈਡਲਾਈਨਸ ਨਹੀਂ ਸੀ ਜਿਹਦੇ ਨਾਲ ਔਰਤਾਂ ਜਿਹੜੀਆਂ ਕੰਮਕਾਜੀ ਮਹਿਲਾਵਾਂ ਨੇ ਜਿਹੜੇ ਦਫ਼ਤਰ 'ਚ ਕੰਮ ਕਰਨ ਜਾਂਦੀਆਂ ਉੱਥੇ ਉਹਨਾਂ ਦੀ ਸੈਕਸ਼ੂਅਲ ਹਰਾਸ਼ਮੈਂਟ ਨੂੰ ਰੋਕਣ ਦੇ ਲਈ ਕੋਈ ਸਟੈਪ ਚੱਕੇ ਗਏ ਹੋਣ ਇਹ ਪਹਿਲੀ ਵਾਰੀ ਹੁੰਦਾ ਭਾਰਤ ਦੇ ਇਤਿਹਾਸ ਦੇ ਵਿੱਚ ਔ ਜਦੋਂ ਕੋਈ ਰੂਲਸ ਔਰ ਗਾਈਡਲਾਈਨਸ ਨਹੀਂ ਹੁੰਦੀਆਂ ਸੀ ਉਸ ਟਾਈਮ ਇਹ ਚੱਲਦਾ ਸੀ ਕਿ ਅਗਰ ਕੋਈ ਕੁੜੀ ਦੇ ਨਾਲ ਕੋਈ ਜੋੜ ਜ਼ਬਰਦਸਤੀ ਕੋਈ ਕੋਈ ਸੈਕਸ਼ੂਅਲ ਹਰਾਸ਼ਮੈਂਟ ਕੋਈ ਸੋਸ਼ਲ ਉਹਦਾ ਹੁੰਦਾ ਵੀ ਸੀ ਤਾਂ ਉਹ ਉਹਦਾ ਜਿਹੜਾ ਬਾਸ ਹੁੰਦਾ ਸੀ ਉਹ ਇਹਦੇ ਤੇ ਅੱਗੇ ਗੱਲਬਾਤ ਤੋੜਨ ਦੀ بجائے ਜਸਟਿਸ ਕਰਨ ਦੀ بجائے ਉਸ ਔਰਤ ਨੂੰ ਹੀ ਫਾਇਰ ਕਰ ਦਿੰਦੇ ਸੀ ਉਥੋਂ ਕੱਢ ਦਿੰਦੇ ਸੀ ਨੌਕਰੀ ਤੋਂ ਕਿ ਸਾਡੇ ਉੱਪਰ ਕੋਈ ਲਾਇਬਿਲਟੀ ਨਾ ਆਵੇ ਜਾਂ ਸਾਡੇ ਤੇ ਕੋਈ ਤੋ ਮਤਨਾਵੀ ਅਸੀਂ ਇਸ ਮੁੱਦੇ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਸੋ ਇਹਦਾ ਜਿਹੜਾ ਸਿੱਟਾ ਸੀ ਉਹ ਔਰਤਾਂ ਨੂੰ ਹੀ ਭੁਗਤਣਾ ਪੈਂਦਾ ਸੀ ਕਮਕਾਜੀ ਮਹਿਲਾਵਾਂ ਨੂੰ ਕਿ ਇੱਕ ਤਾਂ ਸੈਕਸ਼ੂਅਲ ਹਰਾਸ਼ਮੈਂਟ ਹੋਈ ਪਲੱਸ ਉੱਪਰੋਂ ਨੌਕਰੀ ਵੀ ਚਲੀ ਗਈ ਸੋ ਇਹ ਜਿਹੜਾ 1997 ਦੀਆਂ ਗਾਈਡਲਾਈਨ ਸੀ ਇਹ ਬਹੁਤ ਇੱਕ ਇੱਕ ਬਹੁਤ ਵੱਡਾ ਸਟੈਪ ਸੀ ਔਰਤਾਂ ਦੇ ਹਿੱਤਾਂ ਦੇ ਲਈ ਔਰ ਇਸ ਤੋਂ ਬਾਅਦ 2013 ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਵਿੱਚ ਐਕਟ ਪਾਸ ਹੁੰਦਾ ਉਹ ਜਿਹੜਾ ਐਕਟ ਬੇਸਿਕਲੀ ਇਹੀ ਗਾਈਡਲਾਈਨਸ ਨੂੰ ਫਰਦਰ ਇਲਾਬੋਰੇਟ ਕਰਕੇ ਉਹ ਐਕਟ ਲਾਗੂ ਕਰ ਦਿੱਤਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਸੈਕਸ਼ੂਅਲ ਹਰਾਸ਼ਮੈਂਟ ਦੀ ਪਰਿਭਾਸ਼ਾ ਕੀ ਦਿੱਤੀ ਗਈ ਹੈ ਐਕਟ ਦੇ ਅਕੋਰਡਿੰਗਲੀ ਸੈਕਸ਼ੂਅਲ ਹਰਾਸ਼ਮੈਂਟ ਉਹਨੂੰ ਕਹਿੰਦੇ ਆ ਜਦੋਂ ਕਿਸੇ ਔਰਤ ਨੂੰ ਅਨਵਾਂਟਡ ਮਤਲਬ ਵੈਨ ਸ਼ੀ ਡਸਨਟ ਵਾਂਟ ਐਦਾਂ ਦੀ ਕੋਈ ਸਿਚੁਏਸ਼ਨ ਨਹੀਂ ਆ ਬਟ ਉਸ ਦੇ ਬਾਵਜੂਦ ਵੀ ਉਸ ਕੁੜੀ ਨੂੰ ਫੋਰਸ ਕੀਤਾ ਜਾਂਦਾ ਹੈ ਜਾਂ ਉਹਨੂੰ ਫਿਜ਼ੀਕਲੀ ਟੱਚ ਕੀਤਾ ਜਾਂਦਾ ਹੈ ਜਾਂ ਗਲਤ ਨਜ਼ਰੀਏ ਦੇ ਨਾਲ ਦੇਖਿਆ ਵੀ ਜਾਂਦਾ ਤਾਂ ਇਹ ਵੀ ਸੈਕਸ਼ੂਅਲ ਹਰਾਸ਼ਮੈਂਟ ਹੈ ਇਸ ਤੋਂ ਇਲਾਵਾ ਕੋਈ ਪੋਰਨੋਗ੍ਰਾਫੀ ਦਿਖਾਣੀ ਕੋਈ ਐਦਾਂ ਦੀਆਂ ਆਫਸਿੰ ਪਿਕਚਰਸ ਵੀਡੀਓਜ਼ ਮੈਗਜ਼ੀਨ ਜਾਂ ਕੋਈ ਹੋਰ ਕਾਰਟੂਨ ਬਣਾ ਕੇ ਦਿਖਾਉਣੇ ਉਹ ਵੀ ਸੈਕਸ਼ੂਅਲ ਹਰਾਸ਼ਮੈਂਟ ਹੈ ਕਿਸੇ ਮਹਿਲਾ ਨੂੰ ਜਿਹੜੀ ਕੰਮ ਕਰਦੀ ਹੈ ਉਹਦੇ ਤੋਂ ਅਗਰ ਉਹਨੂੰ ਥ੍ਰੈਟ ਕਰਕੇ ਜਾਂ ਉਹਨੂੰ ਕਿਸੇ ਤਰ੍ਹਾਂ ਦਾ ਡਰਾਵਾ ਦੇ ਕੇ ਜਾਂ ਉਹਨੂੰ ਕੋਈ ਲਾਲਚ ਦੇ ਕੇ ਉਹਦੇ ਤੋਂ ਸੈਕਸ਼ੂਅਲ ਫੇਵਰਸ ਦੀ ਡਿਮਾਂਡ ਕਰਦਾ ਤਾਂ ਉਹ ਵੀ ਸੈਕਸ਼ੂਅਲ ਹਰਾਸ਼ਮੈਂਟ ਇਸ ਐਕਟ ਦੀ ਪਰਿਭਾਸ਼ਾ ਦੇ ਵਿੱਚ ਆਉਂਦਾ ਹੈ ਇਸ ਦੇ ਨਾਲ ਹੀ ਕੋਈ ਅਗਰ ਮੈਸੇਜ ਜਾਂ ਕੋਈ ਐਸਐਮਐਸ ਜਾਂ WhatsApp ਆਤੇ ਜਾਂ ਕਿਸੇ ਵੀ ਤਰ੍ਹਾਂ ਦੀ ਫੋਨ ਕਾਲ ਜਿਹਦੇ ਵਿੱਚ ਐਦਾਂ ਨਹੀਂ ਆ ਮੈਸੇਜਸ ਸੈਂਡ ਕੀਤੇ ਹੋਣ ਜਿਹੜੇ ਇਨਐਪ੍ਰੋਪਰੀਏਟ ਹੋਣ ਤਾਂ ਉਹ ਵੀ ਇੱਕ ਬਹੁਤ ਵੱਡਾ ਸਬੂਤ ਵੀ ਸਾਬਿਤ ਹੁੰਦੀਆਂ ਨੇ ਔਰ ਇਹ ਪਰਿਭਾਸ਼ਾ ਦੇ ਵਿੱਚ ਫਿੱਟ ਹੁੰਦੀਆਂ ਨੇ ਸੈਕਸ਼ੂਅਲ ਹਰਾਸ਼ਮੈਂਟ ਦੀ ਇਸ ਤੋਂ ਇਲਾਵਾ ਕੋਈ ਵੀ ਐਦਾਂ ਦਾ ਵਰਬਲ ਨਾਨ ਵਰਬਲ ਕੰਡਕਟ ਜਿਹੜਾ ਅਨਵਾਂਟਡ ਹੋਵੇ ਉਸ ਲੜਕੀ ਵੱਲੋਂ ਉਹ ਵੀ ਇਸ ਪਰਿਭਾਸ਼ਾ 'ਚ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਜਿਹਨੂੰ ਫਲਰਟਿੰਗ ਕਹਿੰਦੇ ਆ ਫਲਰਟਿੰਗ ਕਰਨਾ ਡਬਲ ਮੀਨਿੰਗ ਗੱਲ ਕਰਨਾ ਜਾਂ ਕੋਈ ਉਹਦੇ ਉਹਦੀ ਦਿੱਖ ਨੂੰ ਲੈ ਕੇ ਕੁਝ ਐਦਾਂ ਦੇ ਕੰਪਲੀਮੈਂਟ ਦੇਣਾ ਜਿਹੜੇ ਕਿ ਬਹੁਤ ਪੱਦੇ ਵੀ ਹੋ ਸਕਦੇ ਆ ਨਾਰਮਲ ਵੀ ਹੋ ਸਕਦੇ ਆ ਕਿਉਂਕਿ ਆਪਣੇ ਸਮਾਜ ਦੇ ਵਿੱਚ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਨਾਰਮਲ ਹੀ ਮੰਨਿਆ ਜਾਂਦਾ ਕਿ ਕਿਸੇ ਔਰਤ ਨੂੰ ਇਹ ਗੱਲ ਕਹੇ ਤੀ ਤਾਂ ਇਟਸ ਪ੍ਰੀਟੀ ਨਾਰਮਲ ਸੋ ਫਲਰਟਿੰਗ ਦੀ ਜਿਹੜੀ ਜਿਹੜੀ ਫਲਰਟਿੰਗ ਆ ਉਹ ਵੀ ਇਸ ਪਰਿਭਾਸ਼ਾ ਦੇ ਅੰਦਰ ਸੈਕਸ਼ੂਅਲ ਹਰਾਸ਼ਮੈਂਟ ਹੈ ਵਰਕਪਲੇਸ ਤੇ ਅਗਰ ਕਿਸੇ ਔਰਤ ਨੂੰ ਇਨ ਅਪ੍ਰੋਪਰੀਏਟ ਕੁਐਸਚਨ ਪੁੱਛੇ ਜਾਂਦੇ ਨੇ ਉਹਦੀ ਸੈਕਸ਼ੂਅਲਿਟੀ ਨੂੰ ਲੈ ਸਪੈਕਟਰ ਨੂੰ ਲੈ ਕੇ ਤਾਂ ਦੈਨ ਓਪੀ ਇਹਦਾ ਹਿੱਸਾ ਨੇ ਸੈਕਸ਼ੂਅਲ ਹਰਾਸ਼ਮੈਂਟ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੀ ਫਲਰਟਿੰਗ ਹੈ ਜਿਹਨੂੰ ਬੜਾ ਕਾਮਨ ਮੰਨਿਆ ਜਾਂਦਾ ਹੈ ਕਿ ਕਿਸੇ ਕੁੜੀ ਨੂੰ ਕੰਪਲੀਮੈਂਟ ਦੇ ਦਿੱਤਾ ਕੁਝ ਅਲਟੀਰੀਅਰ ਮੋਟਿਵਸ ਦਿਮਾਗ ਦੇ ਵਿੱਚ ਰੱਖ ਕੇ ਜਿਹੜਾ ਕੰਪਲੀਮੈਂਟ ਹੋ ਸਕਦਾ ਕਿ ਉਹਦੇ ਕੱਪੜਿਆਂ ਤੇ ਹੋਵੇਗੀ ਤੂੰ ਐਦਾਂ ਨਹੀਂ ਐਦਾਂ ਪਾਇਆ ਕਰ ਜਿਆਦੀ ਸੋਹਣੀ ਲੱਗਦੀਆਂ ਜਾਂ ਕੁਝ ਐਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਫਲਰਟਿੰਗ ਹੁੰਦੀਆਂ ਨੇ ਉਹ ਵੀ ਸੈਕਸ਼ੂਅਲ ਹਰਾਸ਼ਮੈਂਟ ਹੈਗੀਆਂ ਵਰਕਪਲੇਸ ਦੇ ਉੱਤੇ ਔਰ ਵਰਕਪਲੇਸ ਦਾ ਦਾਇਰਾ ਇਸ ਐਕਟ ਦੇ ਵਿੱਚ ਸਿਰਫ ਉਹ ਚਾਰ ਦੀਵਾਰ ਹੀ ਨਹੀਂ ਹੈ ਇਦੇ ਵਿੱਚ ਇਹ ਹੈ ਕਿ ਅਗਰ ਜਿਹੜੀ ਵਿਕਟਿਮ ਕੁੜੀ ਜਾਂ ਉਹ ਘਰ ਵੀ ਆ ਜਾਂਦੀ ਹੈ ਛੁੱਟੀ ਲੈ ਕੇ ਜਾਂ ਕੰਮ ਖਤਮ ਹੋਣ ਤੋਂ ਬਾਅਦ ਤਾਂ ਉਸ ਤੋਂ ਬਾਅਦ ਵੀ ਅਗਰ ਉਹਨੂੰ ਰਾਸਤੇ 'ਚ ਜਾਂਦਿਆਂ ਜਾਂ ਬਾਅਦ ਵਿੱਚ ਵੀ ਫੋਨ ਕਰਕੇ ਹਰਾਸ਼ ਕੀਤਾ ਜਾਂਦਾ ਤਾਂ ਉਹ ਵੀ ਇਸ ਐਕਟ ਦੇ ਵਿੱਚ ਹੀ ਆਨ ਦੇ ਪ੍ਰਬਾਧ ਹਨ ਹੁਣ ਅੱਗੇ ਗੱਲ ਕਰਦੇ ਹਾਂ ਕਿ ਇਸ ਐਕਟ ਦੇ ਮੇਨ ਫੀਚਰ ਕਿਹੜੇ ਨੇ ਜਿਹੜੇ ਆਪਾਂ ਨੂੰ ਸਮਝਣੇ ਘੱਟੋ-ਘੱਟ ਬਹੁਤ ਜ਼ਰੂਰੀ ਨੇ ਅਗਰ ਆਪਾਂ ਪੂਰਾ ਐਕਟ ਨਹੀਂ ਪੜ੍ਹ ਸਕਦੇ ਤਾਂ ਉਹਦੇ ਕੁਝ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਤਾ ਹੋਣੀ ਹੈ ਚਾਹੀਦੀਆਂ ਜਿਵੇਂ ਕਿ ਕੋਈ ਵੀ ਅਦਾਰਾ ਕੋਈ ਵੀ ਆਰਗੇਨਾਈਜੇਸ਼ਨ ਹੋਵੇ ਜਿੱਥੇ ਲੋਕ ਕੰਮ ਕਰਦੇ ਨੇ ਇਹਨੂੰ ਦੋ ਕੈਟਾਗਰੀ ਚ ਵੰਡਿਆ ਗਿਆ ਇੱਕ ਉਹ ਅਦਾਰੇ ਜਿਹਦੇ ਵਿੱਚ 10 ਤੋਂ ਘੱਟ ਲੋਕ ਕੰਮ ਕਰਦੇ ਨੇ ਔਰ ਇੱਕ ਉਹ ਅਦਾਰੇ ਜਿੱਥੇ 10 ਤੋਂ ਵੱਧ ਲੋਕ ਕਰਦੇ ਨੇ ਉਹਨਾਂ ਦੋਨਾਂ ਅਦਾਰਿਆਂ ਦੇ ਵਿੱਚ ਇੱਕ ਕਮੇਟੀ ਬਣਾਉਣ ਦੀ ਹਦਾਇਤ ਜਿਹੜੀ ਹੈ ਸੈਕਟਰ ਦੇ ਵਿੱਚ ਦਿੱਤੀ ਗਈ ਹੈ ਕਿ ਜਿੱਥੇ 10 ਤੋਂ ਵੱਧ ਕੰਮ ਕਰਨ ਵਾਲੇ ਲੋਕ ਨੇ ਉੱਥੇ ਤਾਂ ਡਿਪਾਰਟਮੈਂਟ ਦੇ ਅੰਦਰ ਹੀ ਆਰਗੇਨਾਈਜੇਸ਼ਨ ਦੇ ਅੰਦਰ ਹੀ ਇੱਕ ਇੰਟਰਨਲ ਕੰਪਲੇਂਟ ਕਮੇਟੀ ICC ਬਣਾਈ ਜਾਏਗੀ ਜਿਹੜੀ ਇਸ ਚੀਜ਼ਾਂ ਦਾ ਧਿਆਨ ਰੱਖੇਗੀ ਕਿ ਕਿਤੇ ਕੋਈ ਸੈਕਸ਼ੂਅਲ ਹਰਾਸ਼ਮੈਂਟ ਵਰਗੀਆਂ ਚੀਜ਼ਾਂ ਤਾਂ ਨਹੀਂ ਹੋ ਰਹੀਆਂ ਔਰ ਅਗਰ ਕੇਸ ਆਉਂਦਾ ਤਾਂ ਉਹਦਾ ਨਿਪਟਾਰਾ ਉਹਦਾ ਡ੍ਰੈਸਲ ਕਰੇਗੀ ਔਰ ਧਿਆਨ ਰੱਖੇਗੀ ਵਿਕਟਿਮ ਦਾ ਕਿ ਉਹਨੂੰ ਕੋਈ ਮੈਂਟਲ ਸਟ੍ਰੈਸ ਜਾਂ ਹੋਰ ਜਿਹੜੀਆਂ ਚੀਜ਼ਾਂ ਆ ਉਹਦੀ ਨੌਕਰੀ ਨਾ ਜਾਵੇ ਐਂਡ ਸਾਰਾ ਕੁਝ ਅੱਗੇ ਧਿਆਨ ਰੱਖ ਕੇ ਔਰ ਜਿੱਥੇ 10 ਤੋਂ ਘੱਟ ਕੰਮ ਕਰਨ ਵਾਲੇ ਲੋਕ ਨੇ ਉੱਥੇ ਇੱਕ ਲੋਕਲ ਕੰਪਲੇਂਟ ਕਮੇਟੀ ਹੋਏਗੀ ਜਿਹੜੀ ਕਿ ਇੱਕ ਜ਼ਿਲ੍ਹਾ ਪੱਧਰ ਤੇ ਬਣੀ ਹੋਏਗੀ ਔਰ ਜ਼ਿਲ੍ਹਾ ਆਫੀਸਰ ਜਿਵੇਂ ਕਿ ਡੀਸੀ ਆ ਉਹਨਾਂ ਦੇ ਅੰਡਰ ਉਹ ਰਨ ਕਰੇਗੀ ਔਰ ਉਹ ਧਿਆਨ ਰੱਖੇਗੀ ਕਿ ਕਿਤੇ ਉਹ ਜਿਹੜੀ ਵਰਕਪਲੇਸ ਆ ਉਹ ਕੁੜੀਆਂ ਦੇ ਲਈ ਕੰਮ ਕਰਨ ਦੇ ਲਈ ਸੇਫ ਵੀ ਹੈ ਜਾਂ ਨਹੀਂ ਹੈ ਇਹ ਜਿਹੜੀਆਂ ਕੰਪਲੇਂਟ ਕਮੇਟੀਆਂ ਆ ਇਹਨਾਂ ਦੇ ਕੋਲ ਸਿਵਲ ਕੋਰਟ ਜਿੰਨੇ ਹੱਕ ਹੁੰਦੇ ਆ ਨਾ ਉਹਨਾਂ ਨੂੰ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੁੰਦਾ ਹੈ ਇਹ ਜਿਹੜੀ ਜਿਹੜੀਆਂ ਕਮੇਟੀਆਂ ਆ ਇਹਨਾਂ ਨੇ 90 ਦਿਨਾਂ ਦੇ ਵਿੱਚ ਵਿੱਚ ਮਤਲਬ 3 ਕ ਮਹੀਨਿਆਂ ਦੇ ਵਿੱਚ ਇਹਨਾਂ ਆਪਣੀ ਕੰਪਲੇਂਟ ਜਿਹੜੀ ਆ ਉਹ ਸਬਮਿਟ ਕਰਨੀ ਹੁੰਦੀ ਆ ਸੋ ਬੇਸਿਕਲੀ ਜਦੋਂ ਕਿਤੇ ਵੀ ਕੋਈ ਐਦਾਂ ਦੀ ਕਿਸੇ ਆਫਿਸ ਦੇ ਵਿੱਚ ਐਦਾਂ ਦੀ ਘਟਨਾ ਵਾਪਰਦੀ ਆ ਤਾਂ ਉਹ ਲੜਕੀ ਜਿਹੜੀ ਆ ਲੜਕੀ ਜਾਂ ਲੜਕੀ ਦੇ ਰਿਲੇਟਿਵਸ ਵੀ ਜਾ ਸਕਦੇ ਯਾਨੀ ਕਿ ਅਗਰ ਲੜਕੀ ਕਿਸੇ ਕਾਰਨ ਪਰੇਸ਼ਾਨ ਆ ਜਾਂ ਉਹ ਅੱਗੇ ਨਹੀਂ ਆਉਣਾ ਚਾਹੁੰਦੀ ਤਾਂ ਉਹਦੀ ਜਿਹੜੀ ਫੈਮਿਲੀ ਮੈਂਬਰ ザ ਲੀਗਲੀ ਇਚੜੀ ਉਹਦੇ ਫਰੈਂਡ ਆ ਉਹ ਵੀ ਕੰਪਲੇਂਟ ਕਰ ਸਕਦੇ ਆ ਈਮੇਲ ਕਰਕੇ ਵੀ ਤਾਂ ਉਹ ਸਭ ਤੋਂ ਪਹਿਲਾਂ ਸ਼ਿਕਾਇਤ ਦਰਜ ਹੁੰਦੀ ਹੈ ਕਮੇਟੀ ਦੇ ਕੋਲ ਉਸ ਤੋਂ ਬਾਅਦ 90 ਦਿਨ ਦਾ ਟਾਈਮ ਲੈਂਦੇ ਆ ਉਹਦੇ ਵਿੱਚ ਕੋਸ਼ਿਸ਼ਾਂ ਕਰਦੇ ਆ ਕਿਸੇ ਵੀ ਤਰ੍ਹਾਂ ਸਮਝੌਤਾ ਰੀਚ ਹੋਵੇ ਜਾਂ ਇੱਕ ਐਦਾਂ ਦੀ ਸਥਿਤੀ ਉਤਪੰਨ ਹੋਵੇ ਜਿੱਥੇ ਇਹ ਜਿਹੜਾ ਕੇਸ ਆ ਇਹ ਸੋਲਵ ਹੋ ਜਾਏ ਜਿਹਦੇ ਵਿੱਚ ਉਹ ਲੜਕੀ ਦੀ ਜਿਹੜਾ ਪੱਖ ਆ ਉਹਨੂੰ ਇੱਕ ਬਹੁਤ ਮਜ਼ਬੂਤੀ ਨਾਲ ਦੇਖਿਆ ਜਾਂਦਾ ਕਿ ਉਹਦੀ ਸੈਟੀਸਫੈਕਸ਼ਨ ਜਿਹੜੀ ਆ ਉਹ ਮੰਡੇਟਰੀ ਹੋਣੀ ਚਾਹੀਦੀ ਹੈ ਅਗਰ ਉਹ ਕੇਸ ਨਹੀਂ ਸੋਲਵ ਹੁੰਦਾ ਤਾਂ ਉਸ ਤੋਂ ਬਾਅਦ ਇਹ ਜਿਹੜਾ ਕੇਸ ਆ ਆਫ ਫਰਦਰ ਪੁਲਿਸ ਦੇ ਕੋਲ ਕਮੇਟੀ ਹੀ ਪੇਜ ਦਿੰਦੀ ਆ ਕਿ ਇਹਦੇ ਤੇ ਇਨਕੁਆਇਰੀ ਹੋਣੀ ਚਾਹੀਦੀ ਆ ਇੱਕ ਤਰ੍ਹਾਂ ਨਾਲ ਵਿਭਾਗੀ ਕਾਰਵਾਈ ਕਰਦੀ ਆ ਇੰਟਰਨਲ ਕੰਪਲੇਂਟ ਕਮੇਟੀ ਔਰ ਇੰਟਰਨਲ ਕਮਪਲੇਂਟ ਕਮੇਟੀ ਆਪਣੀ ਰਿਪੋਰਟ ਨੂੰ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਵੀ ਸਬਮਿਟ ਕਰਦੀ ਹੈ ਤਾਂ ਕਿ ਉਹਨਾਂ ਦੀ ਨਿਗਾਹ ਦੇ ਵਿੱਚ ਵੀ ਇਹ ਮਾਮਲਾ ਹੋਵੇ ਵਿਕਟਿਮ ਔਰਤ ਦੀ ਆਈਡੈਂਟੀਟੀ ਔਰ ਜੋ ਵੀ ਕੇਸ ਦੀਆਂ ਡਿਟੇਲਸ ਨੇ ਪ੍ਰੋਗਰੈਸ ਨੇ ਉਹਨੂੰ ਬਿਲਕੁਲ ਹਿਡਨ ਰੱਖਿਆ ਜਾਂਦਾ ਸੀਕ੍ਰੀਟ ਰੱਖਿਆ ਜਾਂਦਾ ਲੋਕਾਂ ਅੱਗੇ ਪਬਲਿਕ ਨਹੀਂ ਕੀਤਾ ਜਾਂਦਾ ਇਸ ਤੋਂ ਇਲਾਵਾ ਜਿਹੜੀ ਵਿਕਟਿਮ ਔਰਤ ਹੈ ਉਹਦੇ ਕੋਲ 3 ਮਹੀਨੇ ਦਾ ਸਮਾਂ ਹੁੰਦਾ ਹੈ ਕਿ ਉਹ 3 ਮਹੀਨਿਆਂ ਦੇ ਵਿੱਚ ਵਿੱਚ ਕਦੀ ਵੀ ਕੰਪਲੇਂਟ ਕਰ ਸਕਦੀ ਹੈ ਜਿਸ ਤਰ੍ਹਾਂ ਉਹਦਾ ਕੰਫਰਟ ਹੋਵੇ ਸਭ ਤੋਂ ਇੰਪੋਰਟੈਂਟ ਚੀਜ਼ ਜੋ ਇਸ ਐਕਟ ਦੇ ਵਿੱਚ ਕਹੀ ਗਈ ਹੈ ਕਿ ਜਿਹੜਾ ਉਸ ਜਗ੍ਹਾ ਦਾ ਬੌਸ ਹੈ ਜਿਹੜਾ ਉਹ ਸਾਰੀ ਇmployment ਨੂੰ ਚਲਾ ਰਿਹਾ ਔਰ ਨਾਲ ਹੀ ਡਿਸਟ੍ਰਿਕਟ ਆਫੀਸਰ ਮਤਲਬ ਕਿ ਜ਼ਿਲ੍ਹਾ ਪਦਰੀ ਅਧਿਕਾਰੀ ਜਿਵੇਂ ਡੀਸੀ ਹੋ ਗਏ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇੱਕ ਕੈਂਪੇਨ ਚਲਾਉਣਾ ਜਿਹਦੇ ਨਾਲ ਅਵੇਅਰਨੈਸ ਵਧੇ ਮਤਲਬ ਕਿ ਉੱਥੇ ਕੰਮ ਕਰਨ ਵਾਲੇ ਜਿੰਨੇ ਵੀ men ਐਂਡ women ਆ ਉਹਨਾਂ ਨੂੰ ਇਸ ਐਕਟ ਬਾਰੇ ਜਾਣੂ ਕਰਾਉਣਾ ਔਰ ਉਹਨਾਂ ਨੂੰ ਦੱਸਣਾ ਸੈਂਸਿਟਾਈਜ਼ ਕਰਨਾ ਕਿ ਐਦਾਂ ਦਾ ਵਰਤਾਰਾ ਜਾਂ ਐਦਾਂ ਦਾ ਬਿਹੇਵੀਅਰ ਆਪਾਂ ਆਪਣੇ ਕੋਲੀਗਸ ਦੇ ਨਾਲ ਨਹੀਂ ਕਰ ਸਕਦੇ ਔਰ ਔਰਤਾਂ ਦੇ ਲਈ ਇੱਕ ਸੇਫ এনवायरमेंट ਬਣਾਉਣਾ ਹੈ ਸੋ ਇਹੋ ਜੀਆਂ ਗੱਲਾਂ ਜਿਹਦੇ ਨਾਲ ਔਰਤਾਂ ਨੂੰ ਇੱਕ ਤਰ੍ਹਾਂ ਨਾਲ ਸ਼ਰਮਿੰਦਾ ਹੋਣਾ ਪਵੇ ਜਾਂ ਉਹਨਾਂ ਨੂੰ ਆਊਟਰੇਜ ਆਫ ਮੋਡੇਸਟੀ ਲੱਗੇ ਉਹ ਚੀਜ਼ਾਂ ਨਹੀਂ ਕਰਨੀਆਂ ਸੋ ਇੱਕ ਤਰ੍ਹਾਂ ਨਾਲ ਐਜੂਕੇਟ ਕਰਨਾ ਹੈ men ਨੂੰ ਵੀ ਔਰ women ਨੂੰ ਵੀ ਅਗਰ ਜਿਹੜਾ EMPLOYER ਇਹ ਚੀਜ਼ ਨਹੀਂ ਕਰ ਪਾਉਂਦਾ ਤੋਂ 50000 ਤੱਕ ਦਾ ਜੁਰਮਾਨਾ ਲੱਗਣ ਦੀ ਇਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਫੀਚਰ ਨੇ ਪਰ ਇਸ ਐਕਟ ਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਕਿ ਅਗਰ ਔਰਤ ਗਲਤ ਕੰਪਲੇਂਟ ਕਰਦੀ ਹੈ ਝੂਠੀ ਸ਼ਿਕਾਇਤ ਦਰਜ ਕਰਾਉਂਦੀ ਹੈ ਕਿਸੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਤਾਂ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਜਾ ਸਕਦਾ ਔਰ ਹੋਰ ਵੀ ਕਈ ਤਰ੍ਹਾਂ ਦੀ ਇਹਦੇ ਵਿੱਚ ਪ੍ਰੋਵੀਜ਼ਨ ਹੈਗੇ ਆ ਉਹਨੂੰ ਡੀਲ ਕੀਤਾ ਜਾਏਗਾ ਇੰਡੀਆ ਦੀ ਪਾਰਲੀਮੈਂਟ ਵੱਲੋਂ ਪਾਸ ਕੀਤਾ ਗਿਆ ਇੱਕ ਬਹੁਤ ਵਧੀਆ ਐਕਟ ਹੈ ਲੇਕਿਨ ਇਹਦੀ ਇਨਫੋਰਸਮੈਂਟ ਨਹੀਂ ਆ ਇਨਫੋਰਸਮੈਂਟ ਦਾ ਲੈਵਲ ਇਹ ਆ ਕਿ ਅਗਰ ਅੱਜ ਵੀ ਉਹ ਬਨਵਾਰੀ ਦੇਵੀ ਵਾਲਾ 1992 ਦਾ ਕੇਸ ਹੋ ਜਵੇ ਤਾਂ ਅੱਜ ਵੀ ਅਗਰ ਉਹ ਕੇਸ ਹੁੰਦਾ ਤਾਂ ਉਹਨੂੰ ਇਨਸਾਫ ਨਹੀਂ ਮਿਲੇਗਾ ਜਾਂ ਉਹਨੂੰ ਕੋਈ ਜਸਟਿਸ ਨਹੀਂ ਮਿਲੇਗੀ ਉਹਦੀ ਜ਼ਿੰਮੇਵਾਰੀ ਨਹੀਂ ਲਈ ਜਾਏਗੀ ਸਰਕਾਰ ਵੱਲੋਂ ਕਿ ਇਹ ਸਾਡੀ ਏਮਪਲੋਈ ਸੀਗੀ ਆਰਗੇਨਾਈਜੇਸ਼ਨ ਵੱਲੋਂ ਕਿ ਇਹ ਸਾਡੀ ਏਮਪਲੋਈ ਸੀ ਸਾਡੇ ਲਈ ਕੰਮ ਕਰਦੀ ਸੀ ਸਾਡੀ ਜ਼ਿੰਮੇਵਾਰੀ ਬਣਦੀ ਆ ਇਹਦੇ ਲਈ ਸੇਫਟੀ ਦਾ ਇਹਦਾ ਧਿਆਨ ਰੱਖਣਾ ਔਰ ਸੇਫ ਵਰਕ এনवायरमेंट ਇਹਨੂੰ ਦੇਣਾ ਅੱਜ ਵੀ ਉਹੀ ਹਾਲ ਹੈ ਇੰਡੀਆ ਦੇ ਵਿੱਚ ਕਿ ਰਿਪੋਰਟਿੰਗ ਨਹੀਂ ਹੈ ਮੈਂ ਖੁਦ ਇਹਦੇ ਤੇ ਰਿਸਰਚ ਕੀਤੀ ਹੈ ਸੈਕਸ਼ੂਅਲ ਹਰਾਸ਼ਮੈਂਟ ਆਫ ਨਰਸਿਸ ਐਟ ਵਰਕਪਲੇਸ ਮੈਂ ਦੇਚ ਖੁਦ ਦੇਖਿਆ ਹੈ ਕਿ ਪ੍ਰਾਈਵੇਟ ਹਸਪੀਟਲ ਦੀਆਂ ਨਰਸਿਸ ਤਾਂ ਮੇਰੇ ਨਾਲ ਗੱਲਬਾਤ ਕਰਨ ਤੋਂ ਇਹ ਚਿਜਕਦਿਆਂ ਸੀ ਕਿ ਅਸੀਂ ਐਦਾਂ ਦੇ ਮਸਲਿਆਂ 'ਚ ਨਹੀਂ ਤੁਹਾਨੂੰ ਦੱਸਣਾ ਕੁਝ ਵੀ ਸੋ ਹਰ ਇੱਕ ਕੁੜੀ ਨੂੰ ਆਲਮੋਸਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹ ਸੈਕਸ਼ੂਅਲ ਹਰਾਸ਼ਮੈਂਟ ਜਿਹੜੀ ਆ ਫੀਲ ਕਰਨੀ ਹੀ ਪੈਂਦੀ ਆ ਪਰ ਇਹਦੀ ਕਮੀ ਇੱਥੇ ਆ ਕੇ ਆ ਜਾਂਦੀ ਕਿ ਜਿਹੜੇ men ਆ ਜਾਂ women ਦੋਨੋਂ ਉਹਨਾਂ ਨੂੰ ਜਿਹੜਾ ਅਵੇਅਰਨੈਸ ਦਾ ਪ੍ਰੋਗਰਾਮ ਚਲਾਉਣਾ ਸੀ ਉਹ ਚਲਾਇਆ ਨਹੀਂ ਜਾਂਦਾ ਇਸ ਤੋਂ ਇਲਾਵਾ ਰਿਪੋਰਟਿੰਗ ਬਹੁਤ ਘੱਟ ਹੈ ਜਿੰਨੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਉਹਦੀ ਰਿਪੋਰਟਿੰਗ ਨਹੀਂ ਹੁੰਦੀ ਔਰ ਔਰਤਾਂ ਡਰਦੀਆਂ ਨੇ ਔਰ ਇੱਕ ਤਰ੍ਹਾਂ ਦੇ ਨਾਲ ਆਪਣੀ ਨੌਕਰੀ ਛੱਡ ਕੇ ਲੰਬੇ ਹੋ ਜਾਂਦੀਆਂ ਨੇ ਕਿ ਇਸੇ ਕਰਕੇ ਕਿਰਤ ਮੰਡੀ ਦੇ ਵਿੱਚ ਔਰਤਾਂ ਦੀ ਉਹਨਾਂ ਨੰਬਰ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਮਿਨੀਮਮ ਆ ਨਿਗਲੀਜੀਬਲ ਨੰਬਰ ਆ ਔਰਤਾਂ ਦਾ ਜ਼ਿਆਦਾਤਰ ਔਰਤਾਂ ਇਸ ਕਿਰਤ ਮੰਡੀ ਤੋਂ ਦੂਰ ਆ ਉਹਨਾਂ ਆਰਥਿਕ ਆਜ਼ਾਦੀ ਖੋ ਬੈਠੀਆਂ ਆਪਣੀ ਕਿਉਂਕਿ ਉਹਨਾਂ ਨੂੰ ਜਦੋਂ ਕੰਮ ਕਰਨ ਜਾਂਦੇ ਆ ਤਾਂ ਬਹੁਤ ਤਰ੍ਹਾਂ ਦੇ ਮਿਸ ਬਿਹੇਵੀਅਰ ਲੋਕਾਂ ਦਾ ਜਿਹੜਾ ਉਹਨਾਂ ਨੂੰ ਟੋਲਰੇਟ ਕਰਨਾ ਪੈਂਦਾ ਮੀ 2 ਵਰਗੀ ਇੱਕ ਮੂਵਮੈਂਟ ਚੱਲੀ ਸੀ #me too ਉਹ ਟਵਿੱਟਰ ਤੇ ਸੀਗੀ ਉਹਦੇ ਵਿੱਚ ਮਿਲੀਅਨਸ ਲੋਕ ਔਰਤਾਂ ਨੇ ਅੱਗੇ ਆ ਕੇ ਆਪਣੀਆਂ ਗੱਲਾਂ ਕਹੀਆਂ ਜਿਹੜੀਆਂ ਸਰਵਾਈਵਰ ਸੀ ਸੈਕਸ਼ੂਅਲ ਹਰਾਸ਼ਮੈਂਟ ਦੀਆਂ ਪਰ ਇਹ ਜਿਹੜੀ ਚੀਜ਼ ਆ ਇਹ ਇੱਥੇ ਤਾਂ ਪੋਸੀਬਲ ਹੈ ਉਹਨਾਂ ਔਰਤਾਂ ਦੇ ਲਈ ਜਿਹੜੀਆਂ ਥੋੜੀਆਂ ਐਜੂਕੇਟਿਡ ਨੇ ਆ ਇੱਕ ਆਰਗੇਨਾਈਜ਼ਡ ਸੈਕਟਰ 'ਚ ਕੰਮ ਕਰਦੀਆਂ ਪਰ ਜਿਹੜੀਆਂ ਔਰਤਾਂ ਇੱਕ ਇਨਫਾਰਮਲ ਸੈਕਟਰ 'ਆਂ ਇੱਕ ਅਨ ਆਰਗੇਨਾਈਜ਼ਡ ਅਦਾਰੇ 'ਚ ਕੰਮ ਕਰਦੀਆਂ ਜਿਵੇਂ ਕਿ ਫੈਕਟਰੀ ਲੇਬਰ ਹੋ ਗਈ ਜਿਵੇਂ ਕਿ ਕੰਸਟਰਕਸ਼ਨ ਦੇ ਵਿੱਚ ਤੁਸੀਂ ਦੇਖਿਆ ਔਰਤਾਂ ਲੱਗੀਆਂ ਹੋਈਆਂ ਦਿਹਾੜੀਦਾਰ ਔਰਤਾਂ ਨੇ ਉਹਨਾਂ ਨੂੰ ਕਿੱਥੇ ਇਸ ਚੀਜ਼ ਦੇ ਵਿੱਚ ਪੈਣਾ ਆਂਦਾ ਅਨਾਰਗੇਨਾਈਜ਼ ਸੈਕਟਰ ਵਾਲੀਆਂ ਔਰਤਾਂ ਜਿਹੜੀਆਂ ਉਹ 95% ਲੇਬਰ ਫੋਰਸ ਦਾ ਹਿੱਸਾ ਨੇ ਜਿਹੜਾ ਔਰਤਾਂ ਦਾ ਨੰਬਰ ਹੈ ਸੋ 95% ਐਦਾਂ ਦੀਆਂ ਔਰਤਾਂ ਨੇ ਜਿਨ੍ਹਾਂ ਤੱਕ ਇਹ ਜਿਹੜਾ ਐਡਾ ਐਡਾ ਵਧੀਆ ਐਕਟ ਬਣਿਆ ਹੋਇਆ ਇਹਦੀ ਸੁਰੱਖਿਆ ਨਹੀਂ ਪਹੁੰਚਦੀ ਉਹਨਾਂ ਨੂੰ ਸੇਫ ਵਰਕ এনवायरमेंट ਨਹੀਂ ਮਿਲਦਾ ਅਗਰ ਆਪਣੇ ਕੋਲ ਅਥੇ ਮੈਂ ਤੱਥ ਦੇ ਸਕਦੀ ਸੀ ਤੁਹਾਨੂੰ ਕਿ ਕਿੰਨੀਆਂ ਔਰਤਾਂ ਨੇ ਰਿਪੋਰਟ ਕੀਤਾ ਕਿੰਨੀਆਂ ਨੇ ਨਹੀਂ ਕੀਤਾ ਉਹ ਜਿਹੜੇ ਤੱਥ ਆ ਉਹਨਾਂ ਤੇ ਆਪਾਂ ਬਲੀਵ ਨਹੀਂ ਕਰ ਸਕਦੇ ਉਹਦਾ ਕਾਰਨ ਇਹ ਹੈ ਕਿ ਜਦੋਂ ਮੈਂ ਵੀ ਰਿਸਰਚ ਕੀਤੀ ਤਾਂ then i found out ਕਿ ਔਰਤਾਂ ਇਸਤੇ ਬੋਲਣਾ ਨਹੀਂ ਚਾਹੁੰਦੀਆਂ ਉਹਨਾਂ ਨੂੰ ਖਤਰਾ ਲੱਗਦਾ ਹੈ ਕਿ ਅਸੀਂ ਅਗਰ ਇਹਨਾਂ ਨੂੰ ਦੱਸ ਦਾਂਗੇ ਤਾਂ ਸਾਨੂੰ ਕਿਤੇ ਨੌਕਰੀ ਤੋਂ ਨਾ ਕੱਲੂ ਕੱਢ ਦੇਣ ਕਿ ਤੁਸੀਂ ਆਰਗੇਨਾਈਜੇਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਐਦਾਂ ਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਹੁੰਦਾ ਨਾ ਔਰਤਾਂ ਤੇ ਉਹਨਾਂ ਨੂੰ ਰਿਪੋਰਟਿੰਗ ਤੋਂ ਡਰੋਂਦਾ ਹੈ ਕਿ ਅਸੀਂ ਕਿਸੇ ਨੂੰ ਵੀ ਸ਼ਿਕਾਇਤ ਦਰਜ ਨਹੀਂ ਕਰਾਉਣੀ ਕਿ ਸਾਡੇ ਨਾਲ ਐਵੇਂ ਹੋਇਆ ਜਾਂ ਸਾਨੂੰ ਬੈਡ ਟੱਚ ਕੀਤਾ ਗਿਆ ਜਾਂ ਬੈਡ ਮੈਸੇਜ ਕੀਤੇ ਗਏ ਆ ਜਾਂ ਕੋਈ ਸੈਕਸ਼ੂਅਲ ਫੇਵਰਸ ਦੀ ਮੰਗ ਕੀਤੀ ਗਈ ਹੈ ਜਾਂ ਕੁਝ ਵੀ ਐਦਾਂ ਦੀਆਂ ਘਟਨਾਵਾਂ ਸੋ ਇਹ ਇੱਕ ਬਹੁਤ ਇੰਪੋਰਟੈਂਟ ਮੁੱਦਾ ਸੀ ਜਿਹੜਾ ਮੈਂ ਸੋਚਿਆ ਕਿ ਅੱਜ बुधवार ਨੂੰ ਹਰ ਬੁੱਧਵਾਰ ਨੂੰ women wednesday ਦੀ ਇੱਕ ਵੀਡੀਓ ਹੁੰਦੀ ਹੈ ਮੇਰੀ ਵੀ ਉਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਇਹਦੇ ਵਿੱਚ ਆਪਣੇ ਪੰਜਾਬ ਦੇ ਹੋਰ ਵੀ ਬਹੁਤ ਪ੍ਰੋਫੈਸਰ ਆ ਬਹੁਤ ਇਦਾਂ ਦੇ ਲੋਕ ਵਿਦਵਾਨ ਹੈ ਕਿ ਜਿਹੜੇ ਕੰਮ ਕਰ ਰਹੇ ਆ ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦਾ ਕੰਮ ਵੀ ਜੋ ਪੰਜਾਬ ਦੇ ਵਿੱਚੋਂ ਤੁਹਾਡੇ ਅੱਗੇ ਲੈ ਕੇ ਆਂਦਾ ਜਾਵੇ ਥੈਂਕ ਯੂ ਸੋ ਮੱਚ ਫॉर ਵਾਚਿੰਗ